ਭਾਜਪਾ ਵੱਲੋਂ ਮਿਸ਼ਨ 2017 ਤਹਿਤ ਪਾਰਟੀ ਦੀ ਮਜ਼ਬੂਤੀ ਲਈ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਹੀ ਭਾਜਪਾ ਵੱਲੋਂ ਫਰੀਦਕੋਟ ਤੋਂ ਮੁਹਿੰਮ ਕਮਲ ਖਿਲਾ ਦੇਸ਼ ਜਗ੍ਹਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਮਾਗਮ ਦੌਰਾਨ ਭਾਜਪਾ ਵਰਕਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 2017 'ਚ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ। ਭਾਜਪਾ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਨੂੰ ਅੱਖੋਂ ਪਰੋਖੇ ਕਰਦੇ ਹੋਏ ਦਾਅਵਾ ਕੀਤਾ ਕਿ ਜਿਸ ਵੀ ਸੂਬੇ 'ਚ ਕਾਂਗਰਸ ਦੋ ਵਾਰ ਹਾਰੀ ਹੈ ਉਸ ਸੂਬੇ 'ਚ ਕਾਂਗਰਸ ਦੁਬਾਰਾ ਸੱਤਾ 'ਚ ਨਹੀਂ ਆਈ। ਭਾਜਪਾ ਦੇ ਸੀਨੀਅਰ ਲੀਡਰ ਦਿਨੇਸ਼ ਕੁਮਾਰ ਵੱਲੋਂ ਵੀ ਕਨਈਆ ਕੁਮਾਰ ਉੱਤੇ ਖੂਬ ਨਿਸ਼ਾਨੇ ਸਾਧੇ ਗਏ ਤੇ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਲੋਕ ਕਦੇ ਵੀ ਕਨਈਆ ਕੁਮਾਰ ਦੇ ਨਾਲ ਨਹੀਂ ਹੋ ਸਕਦੇ। ਗੱਠਜੋੜ ਜੀ ਠੀਕ ਹੈ, ਸਾਡਾ ਗੱਠਜੋੜ ਹੈਗਾ ਚੱਲੇਗਾ, ਪਰ ਅਸੀਂ ਆਪਣਾ ਸੰਗਠਨ ਤਾਂ ਮਜ਼ਬੂਤ ਕਰਨਾ। ਸਾਡਾ ਵਿਚਾਰ ਹੈਗਾ ਸ਼੍ਰੋਮਣੀ ਅਕਾਲੀ ਦਲ ਤੋਂ, ਉਹਨਾਂ ਦਾ ਆਪਣਾ ਵਿਚਾਰ ਆ, ਉਹਨਾਂ ਦਾ ਆਪਣਾ ਸੰਗਠਨ ਆ, ਸਾਡਾ ਆਪਣਾ ਸੰਗਠਨ ਆ, ਅਤੇ ਚੁਣਾਉ ਹੀ ਅਸੀਂ ਮਿਲ ਕੇ ਲੜਦੇ ਹਾਂ ਨਾ, ਅਤੇ ਇਸ ਕਰਕੇ ਸਾਡੇ ਆਪਣੇ ਵਿਚਾਰ ਨੂੰ ਦੇਸ਼ ਦੇ ਅੰਦਰ ਔਰ ਪ੍ਰਦੇਸ਼ ਦੇ ਅੰਦਰ ਮਜ਼ਬੂਤ ਹੋਵੇ ਅਤੇ ਸਾਡਾ ਕਾਰਿਆਕਰਤਾ ਸ਼ਿਕਸ਼ਿਤ ਹੋਵੇ। ਸਾਡੀ ਪਾਰਟੀ ਜਿਹੜੀ ਆ ਉਹ ਕੈਡਰ ਬੇਸਡ ਮਾਸ ਬੇਸਡ ਔਰਗਨਾਈਜੇਸ਼ਨ, ਅਸੀਂ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਦੇ ਖਾਤਮ ਮਾਨਵਵਾਦ ਨੂੰ ਲੈ ਕੇ ਚੱਲਦੇ ਹਾਂ, ਉਸਦੇ ਪ੍ਰਚਾਰ ਪ੍ਰਸਾਰ ਲਈ ਕਾਰਿਆਕਰਤਾ ਉਹਦੇ ਲਈ ਪਰਿਪੱਕ ਹੋ ਜਾਣ, ਉਹਦੇ ਲਈ ਅਸੀਂ ਇਹ ਸਾਰੇ ਕਾਰਜਕ੍ਰਮ ਕਰਦੇ ਹਾਂ। ਉਹਨਾਂ ਦਾ ਆਪਣਾ ਕੰਮ ਆ, ਉਹ ਅਰਾਜਕ ਤੱਤਵ ਨੇ, ਦੇਸ਼ ਨੂੰ ਤੋੜਨ ਦੀ ਇੱਕ ਸਾਜਿਸ਼ ਆ, ਅਤੇ ਇਸ ਲਈ ਅਸੀਂ ਇਹੋ ਜਿਹੇ ਲੋਕਾਂ ਤੋਂ ਜਿਹੜਾ ਸੂਬੇ ਨੂੰ ਬਚਾਉਣਾ ਜ਼ਰੂਰੀ ਆ, ਅਤੇ ਸਾਡਾ ਗਠਬੰਧਨ ਜਿਹੜਾ ਮਜ਼ਬੂਤੀ ਨਾਲ ਚੁਣਾਉ ਲੜੇਗਾ। ਉਹ ਤਾਂ ਪਿਛਲੀ ਵਾਰ ਵੀ ਖੂੰਡੇ ਦੀਆਂ ਗੱਲਾਂ ਕਰਦੇ ਸੀ, ਇਸੇ ਕਰਕੇ ਲੋਕਾਂ ਨੇ ਸਵੀਕਾਰ ਨਹੀਂ ਕੀਤੇ, ਇਸ ਵਾਰ ਵੀ ਉਹਨਾਂ ਦਾ ਉਹੀ ਕੰਮ ਆ, ਅਤੇ ਪਬਲਿਕ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਗੱਲਾਂ ਨੂੰ ਪਸੰਦ ਨਹੀਂ ਕਰਦੇ। ਨਹੀਂ ਨੇ ਜੋ ਕੁਛ ਵੀ ਕਹਾ ਹੈ ਤਰੀਕੇ ਸੇ ਤੰਡਵ ਕਰਾ।